ਮਾਂ ਦਾ ਦਰਜਾ ਅਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਸੱਖਣੇ ਮਨੁੱਖ ਦੀ ਜ਼ਿੰਦਗੀ ਨਾ ਮਾਤਰ ਹੁੰਦੀ ਹੈ। ਅਤੇ ਮਾਂ ਵਾਲੇ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ ਸਰਦਾਰਨੀ ਕੁਲਦੀਪ ਕੌਰ ਜੀ। ਸਰਦਾਰਨੀ ਕੁਲਦੀਪ ਕੌਰ ਜੀ ਇੱਕ ਬਹੁਤ ਹੀ ਚੰਗੀ ਅਤੇ ਸੰਸਕਾਰੀ ਔਰਤ ਸਨ। ਆਪ ਜੀ ਦਾ ਪਰਮਾਤਮਾ ਵਿੱਚ ਅਥਾਹ ਵਿਸ਼ਵਾਸ ਸੀ। ਆਪ ਜੀ ਨੇ ਆਪਣੇ ਬੱਚਿਆਂ ਨੂੰ ਵੀ ਚੰਗੇ ਸੰਸਕਾਰਾਂ ਦਾ ਧਾਰਨੀ ਬਣਾਇਆ, ਜਿਸ ਦੀ ਬਦੌਲਤ ਅੱਜ ਆਪ ਜੀ ਦਾ ਸਮੁੱਚਾ ਪਰਿਵਾਰ ਮਿੱਠ ਬੋਲ ਰਿਹਾ ਹੈ। ਪਰਮਾਤਮਾ ਦੇ ਪਾਣੀ ਵਿੱਚ ਰਹਿਣ ਵਾਲਾ ਪਰਿਵਾਰ ਹੈ ਅਤੇ ਸਭਨਾਂ ਨਾਲ ਸੱਚੀ ਹਮਦਰਦੀ ਰੱਖਣ ਵਾਲਾ ਪਰਿਵਾਰ ਹੈ। ਸਰਦਾਰਨੀ ਕੁਲਦੀਪ ਕੌਰ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਮਿੱਠਾ ਟਿਵਾਣਾ ਸਾਹਿਬ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅਕਸਰ ਮੈਂ ਦੇਖਦਾ ਹਾਂ ਸਮਾਜਿਕ ਸਿਆਸੀ ਵਿਅਕਤੀ ਮਾਤਾ ਭਰੂਣ ਹੱਤਿਆ ਦੀ ਗੱਲ ਕਰਦੇ ਕਹਿੰਦੇ ਹੈ ਕਿ ਕੁੜੀ ਨੂੰ ਔਰ ਮੁੰਡੇ ਨੂੰ ਇੱਕੋ ਜਿਹਾ ਸਨਮਾਨ ਮਿਲਣਾ ਚਾਹੀਦਾ ਹੈ। ਪਰ ਮੈਂ ਕੀ ਚਾਹੁੰਦਾ ਵਾਂ ਮੇਰੀ ਪਤਨੀ ਮੇਰੀ ਮਾਂ ਮੇਰੇ ਬਾਪ ਦੀ ਤਾਂ ਸੇਵਾ ਕਰੇ, ਪਰ ਜੇ ਪਤਨੀ ਤੇ ਮਾਤਾ ਪਿਤਾ ਬਿਮਾਰ ਹੋ ਜਾਣ ਤਾਂ ਉਹ ਉਹਨਾਂ ਦੇ ਕੋਲ ਜਾ ਕੇ ਨਾ ਰਵੇ। ਸਰਦਾਰ ਪਰਮਜੀਤ ਜੀ ਸਚਦੇਵਾ ਨੇ ਇੱਕ ਹਿੰਦੁਸਤਾਨ ਦੇ ਵਿੱਚ ਮਿਸਾਲ ਪੈਦਾ ਕੀਤੀ ਕਿ ਆਪਣੇ ਸੱਸ ਸਹੁਰੇ ਨੂੰ
ਜਦੋਂ ਦੋਨੋਂ ਜਵਾਨ ਪੁੱਤਰ ਉਹਨਾਂ ਦੇ ਸੰਸਾਰ ਚੋਂ ਚਲੇ ਗਏ, ਉਹਨਾਂ ਨੂੰ ਆਪਣੇ ਘਰ ਆਪਣੇ ਮਾਂ ਬਾਪ ਦੀ ਤਰ੍ਹਾਂ ਰੱਖਿਆ ਔਰ ਉਹਨਾਂ ਦੀ ਸੇਵਾ ਕੀਤੀ। ਇਹ ਕਹਿਣਾ ਬੜਾ ਸੌਖਾ ਵੈ, ਕਰਨਾ ਬੜਾ ਔਖਾ ਵੈ। ਅਸੀਂ ਜਿੰਨੇ ਇੱਥੇ ਵਿਰਾਜਮਾਨ ਆ, ਕਿੰਨੇ ਕੁ ਜਿਹੜੇ ਅਸੀਂ ਆਪਣੀ ਸੱਸ ਜਾਂ ਆਪਣੇ ਸਹੁਰੇ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਸੇਵਾ ਕਰ ਸਕਦੇ ਹਾਂ, ਅਸੀਂ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਦੇਖੀਏ। ਦੂਜੀ ਗੱਲ ਜਿਹੜੀ ਮੈਂ ਕਿਹਾ ਕਿ ਇਹ ਪ੍ਰੇਰਨਾ ਸਭਾ, ਪ੍ਰਾਰਥਨਾ ਸਭਾ, ਗੁਰੂ ਮਹਾਰਾਜ ਨੇ ਸਾਨੂੰ ਤਾਕਤ ਬਖਸ਼ਣੀ ਹੈ। ਗੁਰੂ ਮਹਾਰਾਜ ਤੋਂ ਅਸੀਂ ਸਿੱਖਿਆ ਲੈਂਦੇ ਹਾਂ, ਗੁਰੂ ਮਹਾਰਾਜ ਤੋਂ ਅਸੀਂ ਸੇਧ ਲੈਂਦੇ ਹਾਂ। ਮਾਤਾ ਕੁਲਦੀਪ ਕੌਰ ਜੀ ਨੇ ਜਾਂਦੇ ਜਾਂਦੇ ਇਸ ਸੰਸਾਰ ਦੇ ਉੱਤੋਂ ਆਪਣੀਆਂ ਅੱਖਾਂ ਦਾ ਦਾਨ ਕੀਤਾ। ਅੱਖਾਂ ਦੇ ਦਾਨ ਦੀ ਮੁਹਿੰਮ ਪੰਜਾਬ ਦੇ ਅੰਦਰ ਅੱਜ ਜੇ ਅਖਬਾਰਾਂ ਦੇ ਵਿੱਚ ਬਿਆਨ ਲੱਗਦੇ ਹੈ ਕਿ ਪੰਜਾਬ ਕੋਰਨੀਅਲ ਬਲਾਈਨ ਨਹੀਂ ਲਿਆ, ਤਾਂ ਉਸਦਾ ਸਿਹਰਾ ਹੁਸ਼ਿਆਰਪੁਰ ਦੀ ਆਈ ਡੋਨੇਸ਼ਨ ਐਸੋਸੀਏਸ਼ਨ ਨੂੰ ਜਾਂਦਾ ਹੈ, ਜਿਸ ਦੇ ਨਾਲ ਸਰਦਾਰ ਪਰਮਜੀਤ ਜੀ ਵੀ ਐਸੋਸੀਏਟ ਹੈ। ਹੁਸ਼ਿਆਰਪੁਰ ਤੋਂ ਇੱਕ ਲਹਿਰ ਉੱਠੀ ਨੇਤਰਦਾਨ ਦੇ ਵਾਸਤੇ ਔਰ ਅੱਜ ਪੰਜਾਬ ਦੇ ਵਿੱਚੋਂ ਨੇਤਰਦਾਨ ਕਰਕੇ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਤੱਕਣ ਦੇ ਲੋਕਾਂ ਨੂੰ ਨੇਤਰ ਦਿੱਤੇ ਜਾਂਦੇ ਹੈ। ਇਸੀ ਗੁਰਦੁਆਰਾ ਸਾਹਿਬ ਵਿੱਚ ਸਾਡੇ ਮਹਾਨ ਪੂਜਨੀਏ ਮਹੰਤ ਪ੍ਰਿਤਪਾਲ ਸਿੰਘ ਜੀ ਦੀ ਅਗਵਾਈ ਹੇਠ ਜਦੋਂ ਇਹ ਮੁਹਿੰਮ ਉਲੀਕੀ ਗਈ ਸੀ, ਤਾਂ ਇੱਕ ਸਿੱਖ ਦੇ ਨੇਤਰ ਜਿਹੜੇ ਸੀਗੇ, ਇੱਕ ਪਟਨੇ ਦੇ ਮੁਸਲਮਾਨ ਨੂੰ ਲੱਗੇ ਸੀਗੇ ਔਰ ਇੱਕ ਗੁਰਦਾਸਪੁਰ ਦੇ ਹਿੰਦੂ ਨੂੰ ਲੱਗੇ ਸੀ। ਧਰਮ ਨਿਰਪੇਖਤਾ, ਸੰਪਰਦਾਇਕ ਸਦਭਾਵਨਾ ਦੀ ਮਿਸਾਲ ਜਿਹੜੀ ਹੈ ਉਹ ਨੇਤਰਦਾਨ ਦੇ ਵਿੱਚ ਮਿਲਦੀ ਹੈ ਔਰ ਮਾਤਾ ਜੀ ਨੇ ਜਿਹੜੇ ਮਰਨੋ ਉਪਰੰਤ ਨੇਤਰਦਾਨ ਹੋਏ ਹੈ ਔਰ ਸਰਦਾਰ ਪਰਮਜੀਤ ਜੀ ਸਚਦੇਵਾ ਨੇ ਕਰਾਏ ਹੈ, ਇਸ ਦੇ ਵਾਸਤੇ ਵੀ ਮੈਂ ਪਰਿਵਾਰ ਦਾ ਸ਼ੁਕਰਗੁਜ਼ਾਰ ਹਾਂ ਔਰ ਸਾਰੇ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਆਓ ਜਿੰਦੇ ਜੀ ਅਸੀਂ ਖੂਨਦਾਨ ਮਰਨੋ ਉਪਰੰਤ ਨੇਤਰਦਾਨ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਈਏ ਔਰ ਆਪਣੇ ਘਰ ਦੇ ਵਿੱਚ ਆਪਣੀ ਪਤਨੀ ਨੂੰ ਤਾਂ ਸਨਮਾਨ ਦਿੰਦੇ ਹੋਏ ਉਸਦੇ ਮਾਤਾ ਪਿਤਾ ਦਾ ਵੀ ਸਨਮਾਨ ਪਰਮਜੀਤ ਸਚਦੇਵਾ ਦੀ ਤਰ੍ਹਾਂ ਦਿੰਦੇ ਨੇ। ਮੈਂ ਪਰਮਜੀਤ ਸਿੰਘ ਜੀ ਸਚਦੇਵਾ ਸਾਹਿਬ ਨਾਲ ਜਦੋਂ ਦੇ ਅਸੀਂ ਪਾਰਟੀ 'ਚ ਇਕੱਠੇ ਹੋਏ ਹਾਂ, ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਇਹਨਾਂ ਦੇ ਮਿਸਿਸ ਸਚਦੇਵਾ ਨੂੰ ਮੌਕਾ ਮਿਲਿਆ, ਘਰ ਬੱਚਿਆਂ ਨੂੰ ਜਾ ਕੇ ਬਹੁਤ ਚੰਗੇ ਸੰਸਕਾਰ ਹੈ ਔਰ ਸੰਸਕਾਰ ਜਿਹੜੇ ਨੇ ਉਹ ਮਾਂ ਪਿਓ ਤੋਂ ਆਪਣੇ ਬਜ਼ੁਰਗਾਂ ਤੋਂ ਮਿਲਦੇ ਹਨ। ਉਹਨਾਂ ਸੰਸਕਾਰਾਂ ਦੀ ਬਦੌਲਤ ਹੈ ਕਿ ਅੱਜ ਸਚਦੇਵਾ ਸਾਹਿਬ ਨਾ ਸਿਰਫ ਵਪਾਰ ਵਿੱਚ ਬਹੁਤ ਕਾਮਯਾਬ ਨੇ, ਲੇਕਿਨ ਸਮਾਜ ਵਿੱਚ ਚੰਗੀਆਂ ਗੱਲਾਂ, ਨੇਕ ਨੀਤੀਆਂ ਔਰ ਸਿਆਸੀ ਤੌਰ 'ਤੇ ਆਪਣਾ ਬਣਦਾ ਯੋਗਦਾਨ ਜਿਹੜਾ ਪਾ ਰਹੇ ਨੇ। ਕੁਲਦੀਪ ਕੌਰ ਜੀ ਬਾਰੇ ਮੈਂ ਕਹਿ ਸਕਦਾ ਕਿ ਔਰਤ ਤੋਂ ਬਗੈਰ ਕੋਈ ਵੀ ਘਰ ਕਾਮਯਾਬ ਨਹੀਂ ਕਰਦਾ। ਕਿਸੇ ਪੋਇਟ ਨੇ ਲਿਖਿਆ ਵੀ ਹੈ ਐਵਰੀ ਸਕਸੈਸਫੁਲ ਮੈਨ ਦੇਰ ਇਜ਼ ਅ ਰੋਲ ਆਫ ਐਨ ਏਬਲ ਵੂਮੈਨ। ਕੋਈ ਘਰ ਤਰੱਕੀ ਨਹੀਂ ਕਰ ਸਕਦਾ ਜਿੰਨੀ ਦੇਰ 'ਚ ਉਸ ਘਰ ਵਿੱਚ ਕੋਈ ਸਿਆਣੀ, ਦਿਆਨਤ ਦਾ ਦੂਰਅੰਦੇਸ਼ ਔਰ ਫਰਾਕ ਦਿਲ ਔਰਤ ਨਾ ਬੈਠੀ ਹੋਵੇ। ਘਰ ਚੁੱਕਦੀਆਂ ਹੀ ਔਰਤਾਂ ਨੇ, ਇਸ ਲਈ ਕਿਸੇ ਵੀ ਘਰ 'ਚੋਂ ਕਿਸੇ ਔਰਤ ਦਾ ਜਾਣਾ ਕਿਸੇ ਵੀ ਸ਼ਕਲ 'ਚ, ਚਾਹੇ ਉਹ ਧਰਮ ਪਤਨੀ ਆ, ਚਾਹੇ ਉਹ ਮਾਂ ਆ, ਚਾਹੇ ਉਹ ਭੈਣ ਆ, ਅਤੇ ਯਕੀਨਨ ਉਸ ਘਰ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ। ਇਸ ਇਕੱਠ ਵਿੱਚ ਡਾਕਟਰਸ, ਲੋਇਰਸ, ਹਰ ਕਿਸਮ ਦੇ ਇੰਟਲੈਕਚੁਅਲ ਵਰਗ ਦੇ ਲੋਕ ਬੈਠੇ ਨੇ, ਪੋਲੀਟੀਕਲ ਜਮਾਤ ਵਿੱਚੋਂ ਸਾਰੀਆਂ ਪਾਰਟੀਆਂ ਦੇ, ਮੇਰੇ ਖਿਆਲ ਮੈਡਮ ਸੰਤੋਸ਼ ਚੌਧਰੀ ਜੀ ਫਾਰਮਰ ਯੂਨੀਅਨ ਮਿਨਿਸਟਰ ਬੈਠੇ ਨੇ, ਰਾਜਕੁਮਾਰ ਜੀ ਦਾ ਨਾਮ ਪੜ੍ਹਦਾ ਮੱਦੇ 'ਚ ਪਰ ਹੈਗੇ ਬੈਠੇ ਆਪ ਨੇ, ਸਾਡੀ ਪਾਰਟੀ ਦੇ ਸਾਰੇ ਸਤਿਕਾਰਯੋਗ ਸੱਜਣ ਜੈਕਿਸ਼ਨ ਸਿੰਘ ਜੀ ਰੋੜੀ ਹੁਣੀ MLA ਸਾਹਿਬ ਪਹੁੰਚੇ ਨੇ, ਸਾਡੀ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਦੁਆਬੇ ਦੀ ਅਤੇ ਲਾਗੇ ਬੰਨੇ ਸਾਰਿਆਂ ਦੇ ਬੈਠੇ, ਹੋਰਨਾਂ ਸਾਰੀਆਂ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਦੇ ਸਤਿਕਾਰਯੋਗ ਲੋਕ ਨੇ, ਬਹੁਜਨ ਸਮਾਜ ਪਾਰਟੀ ਦੇ ਨੇ, ਹੋਰਨਾਂ ਜਥੇਬੰਦੀਆਂ ਦੇ, ਉਹਨਾਂ ਸਾਰਿਆਂ ਦਾ ਮੈਂ ਪਰਿਵਾਰ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਆਏ ਹੋ। ਤੁਹਾਡੇ ਆਉਣ ਦੇ ਨਾਲ ਪਰਿਵਾਰ ਦਾ ਦੁੱਖ ਘਟਦਾ ਵਾ। ਇਸੇ ਤਰ੍ਹਾਂ ਹੀ ਸਾਡੀਆਂ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਨੇ, ਉਹਨਾਂ ਦੀ ਤਾਂ ਰਹਿਨੁਮਾਈ ਹੈ, ਉਹਨਾਂ ਦੇ ਆਸ਼ੀਰਵਾਦ ਦੇ ਨਾਲ, ਉਹਨਾਂ ਦੇ ਉਸ ਸਾਰੇ ਪ੍ਰਤਾਪ ਦੇ ਕਰਕੇ ਹੀ ਆਪਾਂ ਸਾਰੇ ਅੱਜ ਇਸ ਇਕੱਠ ਵਿੱਚ ਬੈਠੇ ਹਾਂ। ਉਹਨਾਂ ਦਾ ਵੀ ਸਭ ਦਾ ਦਰਜਾ ਬਦਰਜਾ ਸਾਰੀ ਸੰਗਤ ਦਾ ਧੰਨਵਾਦ ਕਰਦਾ। ਸਚਦੇਵਾ ਸਾਹਿਬ ਦੇ ਪਰਿਵਾਰ ਵੱਲੋਂ ਆਪਣੀਆਂ ਸਤਿਕਾਰਯੋਗ ਬੀਬੀਆਂ, ਭੈਣਾਂ, ਬਜ਼ੁਰਗ ਸਭ ਦਾ ਧੰਨਵਾਦ ਕਰਦਾ ਹੋਇਆ ਫਿਰ ਦੁਬਾਰਾ ਬੇਨਤੀ ਕਰ ਦਿੰਦਾ ਕਿ ਲੰਗਰ ਸਭ ਨੇ ਛੱਕ ਕੇ ਜਾਣਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਫਤਿਹ ਬੁਲਾ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।